ਬੜੀ ਹਾਸੇਪੂਰਵਕ ਗੱਲ ਹੈ ਕਿ 15 ਮਿੰਟ ਦੇ ਵਿੱਚ ਤੁਸੀਂ ਕਿਸੇ ਦੀ ਕੀ ਫਰਿਆਦ ਸੁਣੋਗੇ ਦੋਸਤੋ। ਪਿੰਡਾਂ ਦੇ ਵਿੱਚ ਜਾਣ ਦੀ ਅਜੇ ਹਿੰਮਤ ਨਹੀਂ ਹੈ ਕਿਉਂਕਿ ਸਾਡੀਆਂ ਮਾਵਾਂ ਤੇ ਭੈਣਾਂ ਜਿਨ੍ਹਾਂ ਨੂੰ ਪਿਛਲੇ 2.5 ਸਾਲ ਤੋਂ ਤੁਸੀਂ ਬੇਵਕੂ ਬਣਾਇਆ, 1000-1000 ਰੁਪਇਆ ਉਹਨਾਂ ਦੇ ਅਕਾਊਂਟ ਚ ਪਾ ਕੇ ਵੋਟਾਂ ਤੇ ਤੁਸੀਂ ਲੈ ਲਈਆਂ। ਸਾਰੇ ਹੀ ਜਿਹੜੇ ਅੱਜ ਲੇਬਰ ਡੇ ਹੈ ਤੇ ਲੇਬਰ ਟੋਟਲ ਹੀ ਵਿਚਾਰੀ ਵਿਹਲੀ ਬੈਠੀ ਹੈ, ਲੋਕ ਕੰਸਟਰਕਸ਼ਨ ਦਾ ਕੰਮ ਕਰਾਉਣ ਤੋਂ ਡਰਦੇ ਹੈ। ਜਿੰਨੀਆਂ ਵਿਕਾਸ ਕਾਰਜ ਟੋਟਲ ਬੰਦ ਹੈ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਤੇ ਉਹਦੇ ਨਾਲ ਨਾਲ ਹੀ ਗਾਂਧੀ ਚੌਂਕ ਤੇ ਲੇਬਰ ਸ਼ੈਡ ਦੇ ਥੱਲੇ ਵੀ ਇੱਕ ਚੱਕਰ ਲਗਾਇਆ ਜਾਏ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਵੀ ਪਿਛਲੇ 2.5 ਸਾਲ ਤੋਂ ਹਰ ਵਪਾਰੀ ਦਾ ਕਾਰੋਬਾਰ ਟੋਟਲ ਠੱਪ ਹੋ ਗਿਆ। ਤੁਸੀਂ ਸੜੀ ਹੋਈ ਕਣਕ ਭੇਜੀ, ਆਟਾ ਤੇ ਤੁਸੀਂ ਕੀ ਦੇਣਾ ਸੀ, ਉਹ ਜਿਹੜੀ ਮੋਦੀ ਜੀ ਨੇ ਤੁਹਾਨੂੰ ਸਾਫ਼ ਸੁਥਰੀ ਕਣਕ ਭੇਜੀ ਉਹ ਵੀ ਤੁਸੀਂ ਪਤਾ ਨੀ ਕਿਸ ਰੂਪ ਦੇ ਵਿੱਚ ਉਹਨੂੰ ਮਿਲਾਵਟ ਕਰਕੇ ਸੜੀ ਹੋਈ ਕਣਕ ਲੋਕਾਂ ਨੂੰ ਦੇ ਰਹੇ ਹੋ, ਉਹ ਵੀ 10-10 ਕਿਲੋ ਦੀ ਕਾਟ ਲਗਾ। ਲੋਕ ਸਭਾ ਚੋਣਾਂ 2024 ਨੂੰ ਲੈ ਕੇ ਜਿੱਥੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਦਾ ਦੌਰਾ ਜਿਹੜਾ ਉਮੀਦਵਾਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ, ਉੱਥੇ ਹੀ ਆਮ ਆਦਮੀ ਪਾਰਟੀ ਗੁਰਦਾਸਪੁਰ ਤੋਂ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ, ਉਨ੍ਹਾਂ ਦੀ ਰੈਲੀ ਜਿਹੜੀ ਹੈ ਕੱਲ ਮੀਰਥਰ ਵਿੱਚ ਹੋਣ ਵਾਲੀ ਹੈ, ਉੱਥੇ ਬੈਠਕ ਉਨ੍ਹਾਂ ਦੀ ਹੋਣ ਵਾਲੀ ਹੈ ਤੇ ਉਹਦੇ ਉੱਤੇ ਦੱਸ ਦਈਏ ਬੀਜੇਪੀ ਪ੍ਰਵਕਤਾ ਯੋਗੇਸ਼ ਠਾਕੁਰ ਨੇ ਜਿਹੜਾ ਹੈ ਉਹ ਆਪਣੀ ਪ੍ਰਤੀਕਿਰਿਆ ਦਿੱਤੀ। ਇੱਕ ਵਾਰੀ ਸੁਣ ਲਓ ਤੁਸੀਂ ਵੀ ਕਿਸ ਤਰ੍ਹਾਂ ਨਾਲ ਉਨ੍ਹਾਂ ਨੇ ਵਿਚਾਰ ਧਾਰਾ ਜਿਹੜੀ ਆਪਣੀ ਉਹ ਪੇਸ਼ ਕੀਤੀ ਹੈ। ਉਹਨਾਂ ਨੇ ਸਿੱਧੇ ਸਿੱਧੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵੋਟਾਂ ਦੇ ਸਮੇਂ ਜਿਹੜਾ ਹੈ ਉਹ ਪਠਾਨਕੋਟ ਦਾ ਦੌਰਾ ਕੀਤਾ ਜਾਂਦਾ ਹੈ ਵੋਟਾਂ ਲੈਣ ਦੇ ਲਈ, ਪਿੰਡ ਪਿੰਡ ਅਤੇ ਘਰ ਘਰ ਜਿਹੜਾ ਉਹਨਾਂ ਵੱਲੋਂ ਦੌਰਾ ਕੀਤਾ ਜਾਂਦਾ ਹੈ। ਜਦਕਿ ਉਹਨਾਂ ਨੇ ਜਿਹੜੇ ਤਮਾਮ ਵਾਅਦੇ ਜਿਹੜੇ ਕੀਤੇ ਸੀ ਔਰਤਾਂ ਦੇ ਨਾਲ ਕੀਤੇ ਸੀ, ਨੌਜਵਾਨਾਂ ਦੇ ਨਾਲ ਕੀਤੇ ਸੀ, ਉਹ ਸਾਰੇ ਵਾਅਦੇ ਜਿਹੜੇ ਨੇ ਝੂਠੇ ਸਾਬਿਤ ਹੋਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇੱਕ ਵਾਰ ਫਿਰ ਤੋਂ ਵਿਚਾਰ ਵਿਮਰਸ਼ ਕਰਨਾ ਚਾਹੀਦਾ ਲੋਕਾਂ ਨੂੰ ਤੇ ਸਵਾਲ ਜਿਹੜੇ ਨੇ ਉਹਨਾਂ ਤੋਂ ਪੁੱਛਣੇ ਚਾਹੀਦੇ ਨੇ। ਇਸ ਦੇ ਨਾਲ ਹੀ ਉਹਨਾਂ ਨੇ ਮਾਈਨਿੰਗ ਨੂੰ ਲੈ ਕੇ ਵੀ ਜਿਹੜਾ ਉਹ ਮੁੱਦਾ ਚੁੱਕਿਆ ਹੈ, ਉਹਨਾਂ ਨੇ ਸਵਾਲ ਚੁੱਕਿਆ ਆਮ ਆਦਮੀ ਪਾਰਟੀ ਕੋਲੋਂ ਕਿ ਕਿਸ ਤਰ੍ਹਾਂ ਨਾਲ ਹੁਣ ਲੋਕਾਂ ਨੂੰ ਜਿਹੜਾ ਹੈ ਮੂੰਹ ਦਿਖਾਉਣਗੇ, ਕਿਸ ਤਰ੍ਹਾਂ ਨਾਲ ਲੋਕਾਂ ਨੂੰ ਫੇਸ ਕਰਨਗੇ, ਕਿਉਂਕਿ ਪਠਾਨਕੋਟ ਦੇ ਵਿੱਚ ਜਿਹੜਾ ਵਿਕਾਸ ਕਾਰਜ ਹੈ ਉਸ ਨੂੰ ਲੈ ਕੇ ਵੀ ਜਿਹੜਾ ਹੈ ਜਿਹੜੇ ਯੋਗੇਸ਼ ਠਾਕੁਰ ਨੇ ਪ੍ਰਵਕਤਾ ਨੇ ਬੀਜੇਪੀ ਦੇ ਉਹਨਾਂ ਨੇ ਖਾਸ ਤੌਰ ਤੇ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜਾ ਕਿ ਕੱਲ ਉਹਨਾਂ ਦੀ ਰੈਲੀ ਹੋਣ ਜਾ ਰਹੀ ਹੈ ਮੀਰਥਲ ਦੇ ਵਿੱਚ ਪਠਾਨਕੋਟ ਦੇ ਨਾਲ ਲੱਗਦੇ, ਤੇ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਸੋਚ ਸਮਝ ਕੇ ਜਿਹੜਾ ਇਸ ਰੈਲੀ ਦੇ ਵਿੱਚ ਜਾਣਾ ਚਾਹੀਦਾ ਹੈ ਤੇ ਪੁੱਛਣਾ ਚਾਹੀਦਾ ਹੈ ਸਵਾਲਾਂ ਨੂੰ ਜੋ ਸਵਾਲ ਉਹਨਾਂ ਨੇ ਕੀਤੇ ਨੇ। ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਖਾਸ ਖਬਰ ਕਿਸ ਤਰ੍ਹਾਂ ਨਾਲ ਬੀਜੇਪੀ ਪ੍ਰਵਕਤਾ ਯੋਗੇਸ਼ ਠਾਕੁਰ ਨੇ ਸਿੱਧੇ ਸਿੱਧੇ ਤੰਜ ਕੱਸਦੇ ਨੇ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ, ਹਲਕਾ ਗੁਰਦਾਸਪੁਰ ਤੋਂ ਜਿਹੜੇ ਉਮੀਦਵਾਰ ਨੇ ਅਮਨ ਸ਼ੇਰ ਸਿੰਘ ਸ਼ਹਿਰੀ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜੇ ਨੇ ਸਵਾਲ ਚੁੱਕੇ ਨੇ। ਆਓ ਇੱਕ ਵਾਰ ਤੁਹਾਨੂੰ ਦਿਖਾਉਂਦੇ ਹਾਂ ਇਸ ਸਮੇਂ ਦੀ ਖਾਸ ਖਬਰ। ਦੇਖੋ, ਮੈਂ ਸਾਰਿਆਂ ਤੋਂ ਪਹਿਲੇ ਤੇ ਮੁਬਾਰਕਬਾਦ ਦਿੰਦਾ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਇੱਥੇ ਕਿਸੇ ਮੌਕੇ ਚਾਹੇ ਉਹ ਵੋਟਾਂ ਮੰਗਣ ਵਾਸਤੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਆਏ ਹੈ। ਕੱਲ ਦਾ ਦੌਰਾ ਹੈ ਉਹਨਾਂ ਦਾ ਮੀਰਥਲ ਸਾਈਡ, ਤੇ ਮੇਰੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਹੈ ਕਿ ਵੀ ਉੱਥੋਂ ਦੇ ਜਿਹੜਾ ਪਿੰਡਾਂ ਦਾ ਵੀ ਅੰਦਰ ਵੜ ਕੇ ਦੌਰਾ ਕੀਤਾ ਜਾਏ ਤੇ ਜਿਹੜੀ ਉੱਥੇ ਤੁਹਾਡੇ ਬੰਦਿਆਂ ਨੇ ਪਿਛਲੇ 2.5 ਸਾਲ ਤੋਂ ਨਜਾਇਜ਼ ਮਾਈਨਿੰਗ ਕਰ ਕਰਕੇ 150-150 ਫੁੱਟ 200-200 ਫੁੱਟ ਟੋਏ ਪੁੱਟਦੇ ਹੈ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਏ। ਜਿਹੜੀਆਂ ਸੜਕਾਂ ਟੁੱਟੀ ਦੀਆਂ, ਵਿਕਾਸ ਕਾਰਜ ਟੋਟਲ ਬੰਦ ਹੈ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਤੇ ਉਹਦੇ ਨਾਲ ਨਾਲ ਹੀ ਗਾਂਧੀ ਚੌਂਕ
ਤੇ ਲੇਬਰ ਸ਼ੈਡ ਦੇ ਥੱਲੇ ਵੀ ਇੱਕ ਚੱਕਰ ਲਗਾਇਆ ਜਾਏ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਵੀ ਪਿਛਲੇ 2.5 ਸਾਲ ਤੋਂ ਹਰ ਵਪਾਰੀ ਦਾ ਕਾਰੋਬਾਰ ਟੋਟਲ ਠੱਪ ਹੋ ਗਿਆ। ਰੇਤ ਬਜਰੀ 8,000 ਰੁਪਏ ਸੈਂਕੜਾ ਕਰਤਾ ਹੈ। ਸਾਰੇ ਹੀ ਜਿਹੜੇ ਅੱਜ ਲੇਬਰ ਡੇ ਹੈ ਤੇ ਲੇਬਰ ਟੋਟਲ ਹੀ ਵਿਚਾਰੀ ਵਿਹਲੀ ਬੈਠੀ ਹੈ। ਲੋਕ ਕੰਸਟਰਕਸ਼ਨ ਦਾ ਕੰਮ ਕਰਾਉਣ ਤੋਂ ਡਰਦੇ ਹੈ, ਠੇਕੇਦਾਰ ਕੰਸਟਰਕਸ਼ਨ ਦਾ ਕੰਮ ਡਿਵੈਲਪਮੈਂਟ ਦਾ ਕੰਮ ਕਰਨ ਤੋਂ ਪਿੱਛੇ ਹਟ ਗਏ ਹੈ ਕਿਉਂਕਿ ਰੇਟ ਜਿਹੜਾ ਹੈ ਉਹ ਮਤਲਬ ਸਮਝ ਤੋਂ ਪਰੇ ਹੋ ਗਿਆ। ਤੇ ਲੇਡੀਜ਼ ਜਿਹੜੀਆਂ ਅੱਛਾ ਉਹਦੇ ਨਾਲ ਮੈਂ ਦੇਖ ਰਿਹਾ ਸੀਗਾ ਹਰ ਪਿੰਡ ਦੇ ਵਿੱਚ ਇਹਨਾਂ ਨੇ 15-15 ਮਿੰਟ ਦਾ ਸਮੇਂ ਦਿੱਤਾ। ਬੜੀ ਹਾਸੇਪੂਰਵਕ ਗੱਲ ਹੈ ਕਿ 15 ਮਿੰਟ ਦੇ ਵਿੱਚ ਤੁਸੀਂ ਕਿਸੇ ਦੀ ਕੀ ਫਰਿਆਦ ਸੁਣੋਗੇ ਦੁੱਖ ਸੁੱਖ। ਹਾਂ ਸ਼ਾਇਦ ਪਿੰਡਾਂ ਦੇ ਵਿੱਚ ਜਾਣ ਦੀ ਹਜੇ ਹਿੰਮਤ ਨਹੀਂ ਹੈ ਕਿਉਂਕਿ ਸਾਡੀਆਂ ਮਾਵਾਂ ਤੇ ਭੈਣਾਂ ਜਿਨ੍ਹਾਂ ਨੂੰ ਪਿਛਲੇ 2.5 ਸਾਲ ਤੋਂ ਤੁਸੀਂ ਬੇਵਕੂਫ ਬਣਾਇਆ, 1,000-1,000 ਰੁਪਿਆ ਉਹਨਾਂ ਦੇ ਅਕਾਊਂਟ ਚ ਪਾ ਕੇ ਵੋਟਾਂ ਤੇ ਤੁਸੀਂ ਲੈ ਲਈਆਂ, 5,000-1,000 ਰੁਪਏ ਦੇਣ ਦਾ ਤੁਸੀਂ ਵਾਅਦਾ ਕੀਤਾ ਪਰ ਇੱਕ ਫੁੱਟੀ ਕੁਆਰੀ ਤੁਸੀਂ ਬਣਾਈ ਨੀ, ਅਜੇ ਤੱਕ ਉਹਨਾਂ ਨੂੰ 1 ਰੁਪਿਆ ਵੀ ਨਹੀਂ ਦਿੱਤਾ। ਤੇ ਮੇਰੇ ਖਿਆਲ ਤਕਰੀਬਨ ਉਹ ਵੀ 30-30 ਹਜ਼ਾਰ ਰੁਪਇਆ ਜਿਹੜਾ ਹੈ ਉਹ ਆਪਣਾ ਹਰ ਲੇਡੀ ਹਰ ਆਪਣੀ ਭੈਣ ਦਾ ਮਾਂ ਦਾ ਬਣ ਗਏ ਦਾ ਤੇ ਉਹ ਹਰ ਚੀਜ਼ਾਂ ਦਾ ਪੁੱਛਣਗੇ। ਜਿਨ੍ਹਾਂ ਨੂੰ ਤੁਸੀਂ ਕਣਕ ਦੀ ਜਗ੍ਹਾ ਦੇ ਉੱਤੇ ਆਟਾ ਭਿਆਉਣ ਦੇ ਵਾਅਦੇ ਕੀਤੇ, ਉਹ ਜਿਹੜੀ ਤੁਸੀਂ ਸੜੀ ਹੋਈ ਕਣਕ ਭੇਜੀ, ਆਟਾ ਤੇ ਤੁਸੀਂ ਕੀ ਦੇਣਾ ਸੀ, ਉਹ ਜਿਹੜੀ ਮੋਦੀ ਜੀ ਨੇ ਤੁਹਾਨੂੰ ਸਾਫ਼ ਸੁਥਰੀ ਕਣਕ ਭੇਜੀ ਉਹ ਵੀ ਤੁਸੀਂ ਪਤਾ ਨੀ ਕਿਸ ਰੂਪ ਦੇ ਵਿੱਚ ਉਹਨੂੰ ਮਿਲਾਵਟ ਕਰਕੇ ਸੜੀ ਹੋਈ ਕਣਕ ਲੋਕਾਂ ਨੂੰ ਦੇ ਰਹੇ ਹੋ, ਉਹ ਵੀ 10-10 ਕਿਲੋ ਦੀ ਕਾਟ ਲਗਾ ਕੇ। ਉਹ ਤੁਹਾਡਾ ਪੀਏ ਦਾ ਆਟਾ ਵੀ ਜਿਹੜੀ ਹੈ ਜਨਤਾ ਇੰਤਜ਼ਾਰ ਕਰ ਰਹੀ ਹੈ। ਮੈਂ ਤੇ ਬੜਾ ਹੈਰਾਨ ਹਾਂ ਕਿ ਵੀ ਆਮ ਆਦਮੀ ਪਾਰਟੀ ਦੇ ਲੀਡਰ ਕਿਸ ਮੂੰਹ ਦੇ ਨਾਲ ਜਨਤਾ ਦੇ ਵਿੱਚ ਜਾਣਗੇ ਵੋਟਾਂ ਮੰਗਣ। ਜੈ ਹਿੰਦ ਜੈ ਭਾਰਤ। ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸੈਨੀ ਦੀ ਰਿਪੋਰਟ।